ਲੇਬਰ ਡੇ ਦੇ ਦਿਨ ਤੁਹਾਨੂੰ ਐਸੀ ਜਗ੍ਹਾ ਤੇ ਲੈ ਕੇ ਆਏ ਜਿੱਥੇ ਛੋਟੇ ਛੋਟੇ ਬੱਚਿਆਂ ਨੇ ਜਿਹੜੇ ਹੈਗੇ ਆ ਅਲੱਗ ਅਲੱਗ ਸਟਾਲਾਂ ਲਗਾ ਰੱਖੀਆਂ, ਤੁਹਾਨੂੰ ਪਹਿਲੇ ਤੇ ਲੈ ਕੇ ਚੱਲਾਂਗੇ ਪਾਣੀ ਪੂਰੀ ਦੀ। ਲੜਕੀਆਂ ਜਿਹੜੀਆਂ ਪਾਣੀ ਪੂਰੀ ਖਵਾਉਂਦੇ ਹੋਏ ਨਜ਼ਰ ਆ ਰਹੀਆਂ, ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਾਣੀ ਪੂਰੀ ਦੀ ਜਿਹੜੀ ਸਟਾਲ ਦੇ ਉੱਪਰ ਪਾਣੀ ਪੂਰੀ ਲਗਾਉਂਦੇ ਹੋਏ ਨਜ਼ਰ ਆ ਰਹੀਆਂ ਛੋਟੀ ਛੋਟੀ ਬੱਚੀਆਂ, ਤੇ ਜਿਹੜੇ ਲੇਡੀਜ਼ ਨੇ ਉਹ ਖਾਣ ਵਾਸਤੇ ਪਹੁੰਚੇ। ਮੈਮ ਪਹਿਲੇ ਤੋਂ ਬੱਚਿਆਂ ਨੇ ਅੱਜ ਪਾਣੀ ਪੂਰੀ ਲਗਾਈ ਹੈ, ਰੇਹੜੀਆਂ ਤੋਂ ਤੇ ਬੜੇ ਗੋਲਗੱਪੇ ਖਾਧੇ ਹੋਣੇ, ਅੱਜ ਤੁਸੀਂ ਇੱਥੇ ਬੱਚਿਆਂ ਦੇ ਕੋਲੋਂ ਗੋਲਗੱਪੇ ਖਾਂਦੇ ਹੋਏ ਨਜ਼ਰ ਆ ਰਹੇ। ਸਰ ਅਸੀਂ ਜਾਂ ਤਾਂ ਹੁਣ ਖਾ ਕੇ ਫਿਰ ਟੇਸਟ ਕਰਾਂਗੇ ਨਾ, ਦੇਖਾਂਗੇ ਵੀ ਹਾਂ ਬੱਚੇ ਨੇ ਬੜੇ ਅੱਛੇ ਬਣਾਏ ਕਿ ਨਹੀਂ ਬਣਾਏ ਹੈਗੇ। ਠੀਕ ਹੈ, ਤੇ ਅਸੀਂ ਕਿਹਾ ਵੀ ਉਰੇ ਆਏ ਹਾਂ ਘੁੰਮਣ, ਹੁਣ ਖਾ ਕੇ ਤਾਂ ਜਾਈਏ। ਇੰਨੀ ਮਿਹਨਤ ਕੀਤੀ ਹੈ ਬੱਚਿਆਂ ਨੇ, ਲਗਾਇਆ ਵਿਚਾਰੇ ਨੇ ਸਟੋਲ, ਇਹਨਾਂ ਦਾ ਕੁਛ ਤਾਂ ਕਰਨਾ ਹੀ ਚਾਹੀਦਾ, ਮਾਨ ਕਰਨਾ ਚਾਹੀਦਾ ਹੈਗਾ। ਤੁਸੀਂ ਦੇਖਿਆ ਕਿ ਗੋਲਗੱਪੇ ਚੈੱਕ ਕਰਨਗੇ, ਪਹਿਲੇ ਖਾਓ ਜੀ, ਖਾਓ ਗੋਲਗੱਪੇ ਖਾਓ। ਬੱਚੇ ਨਾਲ ਵੀ ਗੱਲਬਾਤ ਕਰ ਲੈਂਦੇ, ਬੇਟਾ ਗੋਲਗੱਪੇ ਬਣਾਏ ਨੇ ਕਿ ਤੂੰ ਦਿਮਾਗ ਚ ਆਇਆ ਕਿ ਗੋਲਗੱਪੇ ਹੀ ਅੱਜ ਖਵਾਈਆ ਜੀ? ਦੇਖੋ ਹਰ ਮਤਲਬ ਨਾ ਲੇਡੀਜ਼ ਦੀ ਮਤਲਬ ਡਿਮਾਂਡ ਹੁੰਦੀ ਹੈ ਕਿ ਉਹਨਾਂ ਨੂੰ ਸਭ ਨੂੰ ਫੇਵਰੇਟ ਹੁੰਦੇ ਆ ਗੋਲਗੱਪੇ, ਤਾਂ ਸਾਨੂੰ ਇਹ ਸੀ ਕਿ ਅਸੀਂ ਗੋਲਗੱਪੇ ਹੀ ਲਾਵਾਂਗੇ। ਪੜ੍ਹਾਈ ਕਰਦੇ ਹੋ ਨਾਲ? ਹਾਂਜੀ, ਬੀਐਡ ਫਸਟ ਸੈਮ ਚ ਆ, ਮਤਲਬ ਫਸਟ ਈਅਰ। ਬੀਐਡ ਫਸਟ ਈਅਰ ਦੇ ਜਿਹੜੇ ਸਟੂਡੈਂਟ ਨੇ ਗੋਲਗੱਪੇ ਜਿਹੜੇ ਹੈਗੇ ਨੇ ਉਹ ਵੀ ਲੜਕੀਆਂ, ਤੁਸੀਂ ਦੇਖ ਲਓ ਲੜਕੀਆਂ ਜਿਹੜੀਆਂ ਹੈਗੇ ਗੋਲਗੱਪੇ ਅਕਸਰ ਇਹ ਜਿਹੜੇ ਜੈਂਟਸ ਨੇ ਗੋਲਗੱਪੇ ਦੀ ਰੇਹੜੀਆਂ ਲਗਾਉਂਦੇ ਹੋਏ ਬਾਜ਼ਾਰਾਂ ਦੇ ਵਿੱਚ ਨਜ਼ਰ ਆਉਂਦੇ ਨੇ, ਪਰ ਇੱਥੇ ਜਿਹੜੀਆਂ ਹੈਗੀਆਂ ਲੜਕੀਆਂ ਨੇ ਗੋਲਗੱਪੇ ਦੇ ਜਿਹੜੇ ਹੈਗੇ ਸਟਾਲ ਲਗਾ ਰੱਖੀ ਹੈ। ਮੈਮ ਨੇ ਗੋਲਗੱਪਾ ਖਾ ਲਿਆ, ਮੈਮ ਕਿਵੇਂ ਦਾ? ਬਹੁਤ ਟੇਸਟੀ ਬਣਾਇਆ ਇਹਨਾਂ ਨੇ ਬੱਚਿਆਂ ਨੇ, ਬਹੁਤ ਟੇਸਟੀ ਬਣਾਇਆ। ਕੋਈ ਸ਼ਰਮ ਨਹੀਂ ਹੋਣੀ ਚਾਹੀਦੀ, ਬਿਜ਼ਨਸ ਕਰਨਾ ਤਾਂ ਹੀ ਭਾਰਤ ਅੱਗੇ ਜਾਏਗਾ। ਦੇਖਿਆ ਕਿ ਬਹੁਤ ਕੰਮ 'ਚ ਕੋਈ ਸ਼ਰਮ ਨਹੀਂ, ਵੈਸੇ ਬਹੁਤ ਵਧੀਆ ਗੱਲ ਕਹੀ ਹੈ ਮੈਮ ਨੇ, ਕੰਮ 'ਚ ਸ਼ਰਮ ਨਹੀਂ ਹੈਗੀ, ਗੋਲਗੱਪੇ ਲਗਾਏ ਨੇ। ਹੁਣ ਹੋਰ ਕੀ ਹੈ ਇਸ ਤੋਂ ਇਲਾਵਾ? ਇਸ ਤੋਂ ਬਾਅਦ ਇਲਾਵਾ ਜੀ ਆਲੂ ਪੈਟੀਜ਼ ਆ, ਬਸ ਜਿਵੇਂ ਚਿਰੋਸ ਹੋ ਗਏ, ਕਾਫੀ ਕੁਛ ਬਣਾਉਂਦੀ ਆ। ਤੁਸੀਂ ਵੀ ਨਾਲ ਕਰਦੇ ਹੋ? ਹਾਂਜੀ ਹਾਂਜੀ, ਨਾਲ ਹੀ ਹੁੰਦੇ ਆ ਸਾਰੇ, ਅਸੀਂ ਸਾਰੇ ਇਕੱਠੇ ਮਿਲ ਕੇ ਡਿਸਾਈਡ ਕੀਤਾ ਸੀਗਾ ਕਿ ਸਾਨੇ ਬਣਾਉਣੇ ਆ ਪਾਣੀ ਪੂਰੀ ਵਗੈਰਾ, ਤੇ ਅਸੀਂ ਵੀ ਘਰੇ ਥੋੜੀ ਬਹੁਤ ਕੁਕਿੰਗ, ਤੇ ਸਾਡੇ ਕੰਪੀਟੀਸ਼ਨ ਵੀ ਹੋਇਆ ਸੀ ਕੁਕਿੰਗ ਵਿਦਆਊਟ ਫਾਇਰ, ਅਸੀਂ ਪਾਰਟੀਸਪੇਟ ਕੀਤਾ ਸੀ, ਤਾਂ ਸਰ ਨੇ ਸਾਨੂੰ ਮੋਟੀਵੇਟ ਕੀਤਾ ਕਿ ਤੁਸੀਂ ਹੋਰ ਵੀ ਕਰ ਸਕਦੇ ਹੋ, ਤਾਂ ਸਰ ਨੇ ਸਾਨੂੰ ਇਹ ਓਪਰਚੁਨਿਟੀ ਦਿੱਤੀ ਕਿ ਅਸੀਂ ਪਾਣੀ ਪੂਰੀ ਦੀ ਸਟਾਲ ਲਗਾਈਏ, ਤੇ ਅਸੀਂ ਆਪਣੇ ਥੋੜਾ ਹੋਰ ਆਪਣੀ ਕੁਕਿੰਗ ਸਕਿੱਲ ਨੂੰ ਬੜਾਈਏ। ਗੋਲਗੱਪੇ ਆਪ ਵੀ ਖਾ ਕੇ ਦੇਖੇ ਨੇ? ਹਾਂਜੀ ਹਾਂਜੀ ਜ਼ਰੂਰ, ਪਹਿਲਾਂ ਅਸੀਂ ਟੇਸਟ ਕੀਤਾ ਸੀ, ਤੁਸੀਂ ਵੀ ਟੇਸਟ ਕਰਕੇ ਦੇਖੋ। ਅਸੀਂ ਵੀ ਟੇਸਟ ਕਰਾਂਗੇ ਜ਼ਰੂਰ, ਪਰ ਦੇਖੋ ਤੁਸੀਂ ਲੋਕ ਜਿਹੜੇ ਗੋਲਗੱਪੇ ਬੜੇ ਚਾਅ ਨਾਲ ਮੈਮ ਖਾ ਰਹੇ ਨੇ ਤੇ ਬਹੁਤ ਟੇਸਟੀ ਨੇ, ਤੇ ਅੱਗੇ ਵੀ ਤੁਹਾਨੂੰ ਇੱਕ ਸਟਾਲ ਤੇ ਲੈ ਚੱਲੇ, ਵੈਲਕਮ ਟੂ ਸਵੀਟ ਸ਼ੋਪੀ, ਤੇ ਬੱਚੇ ਨੇ ਇੱਥੇ ਵੀ ਲਗਾ ਰੱਖੀ ਹੈ ਆਪਣੀ ਸਟਾਲ। ਬੇਟਾ ਇਹ ਕੀ ਚੀਜ਼ ਹੈ ਸਾਰੀ? ਸਰ ਇਹ ਕਪਕੇਕਸ ਨੇ, ਡੋਨਟਸ ਨੇ ਤੇ ਗਲਾਸ ਜਾਰਸ ਨੇ। ਕਿਸ ਤਰ੍ਹਾਂ ਬਣਾਏ ਆ ਤੁਹਾਡੇ ਦਿਮਾਗ 'ਚ, ਕਿਸ ਤਰ੍ਹਾਂ ਪੜ੍ਹਾਈ ਕਰਦੇ ਹੋ ਨਾਲ? ਹਾਂਜੀ ਸਰ, ਅਸੀਂ ਹੋਮ ਬੇਕਰਸ ਆ ਦੋਨੋਂ ਸਰ, ਇਹ ਸਾਡਾ ਪੇਜ ਹੈ। ਹਾਂਜੀ, ਅਸੀਂ ਇੰਸਟਾ ਤੇ ਯੂਟਿਊਬ ਤੇ ਸਾਡਾ ਪੇਜ ਹੈ। ਸਾਈਡ ਬਿਜ਼ਨਸ ਹੈ, ਹਮ ਹੋਮ ਬੇਕਰ ਸੇ ਤੁਮ ਆਨਲਾਈਨ ਆਰਡਰਸ ਵੀ ਲੇਤੇ ਹੈ। ਹੋਮ ਬੇਕਰ ਜਿਹੜਾ ਨਾਲ ਨਾਲ ਬਿਜ਼ਨਸ ਵੀ ਹੈ, ਤੁਹਾਨੂੰ ਹੋਰ ਵੀ ਸਟਾਲਸ ਦਿਖਾਵਾਂਗੇ ਬੱਚੇ ਜਿਹੜੇ ਹੈਗੇ ਨੇ, ਇੱਥੇ ਤੁਹਾਨੂੰ ਅਲੱਗ ਅਲੱਗ ਜਿਹੜੇ ਸਟਾਲਸ ਨੇ ਤਸਵੀਰਾਂ ਦੇ ਵਿੱਚ ਤੁਸੀਂ ਨਜ਼ਰ ਆ ਰਹੇ, ਲੇਡੀਜ਼ ਦਾ ਜਿਹੜਾ ਹੈਗਾ ਅਪਾਰਟਮੈਂਟ ਹੈ, ਤੇ ਨਾਲ ਨਾਲ ਮਹਿੰਦੀ ਦਾ ਜਿਹੜਾ ਹੈਗਾ ਮਹਿੰਦੀ ਵੀ ਲਗਾਈ ਜਾ ਰਹੀ ਹੈ ਤਸਵੀਰਾਂ ਦੇ ਵਿੱਚ, ਤੁਸੀਂ ਮਹਿੰਦੀ ਲਗਾਉਂਦੇ ਹੋਏ ਜਿਹੜੇ ਬੱਚਿਆਂ ਨੇ ਮਹਿੰਦੀ। ਬੇਟਾ ਪੜ੍ਹਦੇ ਹੋ ਇੱਥੇ ਕਾਲਜ ਦੇ ਵਿੱਚ? ਹਾਂਜੀ ਸਰ ਪੜ੍ਹਦੇ ਹਾਂ। ਮਹਿੰਦੀ ਦਾ ਕਿਸ ਤਰ੍ਹਾਂ ਆਇਆ ਤੁਹਾਡੇ ਦਿਮਾਗ ਤੇ? ਸਰ ਸਾਨੂੰ ਸ਼ੌਂਕ ਹੈ ਮਹਿੰਦੀ ਲਗਾਉਣ ਦਾ, ਇਸ ਲਈ ਫਿਰ ਅਸੀਂ ਮਹਿੰਦੀ ਦਾ ਕੀਤਾ, ਸਟਾਲ ਲਗਾਈ ਮਹਿੰਦੀ ਦੀ। ਮਹਿੰਦੀ ਦਾ ਸ਼ੌਂਕ ਹੈ, ਹੋਰ ਵੀ ਇਸ ਤੋਂ ਇਲਾਵਾ ਹੋਰ ਵੀ ਮਹਿੰਦੀ ਤੋਂ ਇਲਾਵਾ ਹੋਰ ਵੀ ਕੰਮ ਕਰਦੇ? ਹਾਂਜੀ ਸਰ, ਇੱਥੇ ਸਟੱਡੀ ਕਰਦੇ ਹਾਂ, ਬੀਐਡ ਕਰਦੇ ਹਾਂ। ਹਾਂਜੀ ਸਰ, ਪਹਿਲਾਂ ਮੈਂ ਟੀਚਿੰਗ ਵੀ ਕਰਦੀ ਹਾਂ, ਤੇ ਨਾਲ ਨਾਲ ਮੇਰਾ ਪੈਸ਼ਨ ਵੀ ਹੈ ਮਹਿੰਦੀ ਦਾ, ਤੇ ਮੇਰਾ ਇਹ ਆਰਟ ਹੈ। ਹਾਂਜੀ, ਸਿਰਫ ਮਹਿੰਦੀ ਦਾ ਹੀ ਪੈਸ਼ਨ ਹੈ ਜਾਂ ਹੋਰ ਕੋਈ ਚੀਜ਼ ਦਾ ਵੀ? ਕੁਕਿੰਗ ਦਾ ਵੀ ਹੈ। ਹਾਂਜੀ,
ਛੋਟੇ ਛੋਟੇ ਬੱਚਿਆਂ ਨੇ ਦੇਖਿਆ ਕਿ ਗੋਲ ਗੱਪਿਆਂ ਦੀਆਂ ਜਾਂ ਅਲੱਗ ਅਲੱਗ ਹੈ। ਹਾਂਜੀ ਸਰ, ਕੁਕਿੰਗ ਵੀ ਹੈ। ਮਹਿੰਦੀ ਨੂੰ ਕਿੱਧਰ ਨੂੰ ਆ ਗਏ? ਹਾਂਜੀ, ਦੋ ਤਿੰਨ ਸਟਾਲਸ ਲੱਗੀਆਂ ਹੋਈਆਂ ਸੀ ਤਾਂ ਇਸ ਕਰਕੇ ਫਿਰ ਅਸੀਂ ਕਿਹਾ ਚਲੋ ਮਹਿੰਦੀ ਦੀ ਹੈ ਨੀ ਤਾਂ ਫਿਰ ਮਹਿੰਦੀ ਦਾ ਵੀ ਮਤਲਬ ਅਸੀਂ ਦੋ ਜਣਿਆਂ ਨੇ ਕੀਤਾ ਸੀ। ਦੇਖਿਆ ਤੁਸੀਂ ਮਹਿੰਦੀ ਦਾ ਜਿਹੜਾ ਹੈਗਾ ਸ਼ੌਂਕ ਹੈ, ਤਸਵੀਰਾਂ ਤੁਸੀਂ ਦੇਖ ਰਹੇ ਹੋ, ਛੋਟੇ ਬੱਚੇ ਜਿਹੜੇ ਛੋਟੀ ਛੋਟੀ ਉਮਰ ਦੇ ਬੱਚੇ ਨੇ ਉਹਨਾਂ ਨੇ ਸਟਾਲਸ ਲਗਾ ਰੱਖੇ ਨੇ। ਇੱਥੇ ਤੁਹਾਨੂੰ ਰੈਡੀਮੇਡ ਕੱਪੜੇ ਵੀ ਦਿਖਾ ਦਿੰਦੇ ਹਾਂ, ਤਾਂ ਰੈਡੀਮੇਡ ਕੱਪੜੇ ਨਾਲ ਬੱਚੇ ਜਿਹੜੇ ਹੈਗੇ ਨੇ ਪੜ੍ਹਦੇ ਹੋਏ ਵੀ। ਮੈਮ ਪੜ੍ਹਾਈ ਦੇ ਨਾਲ ਨਾਲ ਇਹ ਕਿੱਥੋਂ ਸ਼ੌਂਕ ਜਾਗਿਆ? ਇਹ ਮੈਨੂੰ ਸਟਾਰਟਿੰਗ ਤੋਂ ਹੀ ਸ਼ੌਂਕ ਸੀਗਾ ਡਿਜ਼ਾਇਨਿੰਗ ਦਾ, ਤਾਂ ਮੈਂ ਆਪਣਾ ਕਾਫੀ ਸਾਲ ਪਹਿਲਾਂ ਹੀ ਸਟਾਰਟ ਕਰ ਲਿਆ ਸੀਗਾ, 4-5 ਸਾਲ ਪਹਿਲਾਂ ਹੀ। ਤੇ ਫਿਰ ਹੁਣ ਮੈਂ ਵੱਡੇ ਲੈਵਲ ਤੇ ਆਪਣਾ ਇੱਕ ਬ੍ਰਾਂਡ ਲਾਂਚ ਕਰ ਲਿਆ ਹੈ ਤੇ ਮੇਰਾ ਆਪਣਾ ਬੁਟੀਕ ਹੈ। ਹੁਣ ਮੈਂ ਉੱਥੇ ਕੱਪੜੇ ਡਿਜ਼ਾਈਨ ਕਰਦੀ ਹਾਂ, ਆਨਲਾਈਨ ਵੀ ਹੈਗਾ ਮੇਰਾ, ਮੈਂ ਆਰਡਰਸ ਕਸਟਮਾਈਜ਼ ਕਰਦੀ ਹਾਂ। ਤੇ ਇੱਥੇ ਕਾਲਜ ਦੇ ਵਿੱਚ ਪੜ੍ਹਾਈ ਵੀ ਕਰਦੇ ਹੋ ਨਾਲ? ਹਾਂਜੀ, ਕਾਲਜ ਮੇਰੀ ਬੀਐਡ ਚ ਐਡਮਿਸ਼ਨ ਹੈਗੀ ਆ, ਮੈਂ ਬੀਐਡ ਕਰ ਰਹੀ ਹਾਂ ਨਾਲ ਨਾਲ, ਹੁਣ ਮੇਰਾ ਲਾਸਟ ਸੈਮੈਸਟਰ ਹੈ, ਬਸ ਇਸ ਤੋਂ ਬਾਅਦ ਮੈਂ ਆਪਣਾ ਡਿਜ਼ਾਈਨਿੰਗ ਕਰੀਅਰ ਪਰਸਿਊ ਕਰ ਲੂੰਗੀ। ਤੁਹਾਨੂੰ ਦੱਸੋਗੇ ਕਿਸ ਤਰ੍ਹਾਂ ਦੇ ਕੱਪੜੇ ਨੇ ਜਿਹੜੇ ਕਿ ਹੈਗੇ ਨੇ, ਕਿਸ ਤਰ੍ਹਾਂ ਦੇ ਕੱਪੜੇ ਨੇ? ਸੈਮੈਸਟਰਸ ਕੁੜਤਾਸ ਨੇ, ਜਿਵੇਂ ਇਹਨਾਂ ਤੇ ਮੈਂ ਆਪਦੀ ਕੋਈ ਡਿਜ਼ਾਈਨਿੰਗ ਲਾ ਕੇ, ਜਿਵੇਂ ਕੋਈ ਵੀ ਕਿਸੇ ਤੇ ਲੇਸਿਸ ਨਾਲ, ਕਿਸੇ ਤੇ ਪਿੰਟਕਸ ਨਾਲ ਦੁਪੱਟੇ ਨੇ, ਕੋਈ ਆ ਬੋਟਮਸ ਨਾਲ ਪੇਅਰ ਕੀਤੇ ਹੋਏ ਨੇ, ਉਹ ਵਿਦ ਦੁਪੱਟਾ ਸੂਟਸ ਨੇ ਸਾਰੇ ਜਿਹੜੇ ਡਿਜ਼ਾਈਨ ਕੀਤੇ ਹੋਏ ਨੇ, ਤਾਂ ਇੱਦਾਂ ਦਾ ਬਣਾਇਆ ਹੋਇਆ। ਦੇਖਿਆ ਕਿ ਪੜ੍ਹਾਈ ਦੇ ਨਾਲ ਨਾਲ ਆਪਣੀ ਜਿਹੜੇ ਹੈਗੇ ਨੇ ਬੁਟੀਕ ਦਾ ਵੀ ਕੰਮ ਸ਼ੁਰੂ ਕੀਤਾ ਹੋਇਆ, ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਅਲੱਗ ਅਲੱਗ ਸਟਾਲਸ ਨੇ ਲੱਗੀ ਹੋਈਆਂ ਨੇ, ਤੇ ਰੈਡੀਮੇਡ ਜਿਹੜੇ 17 ਕਿ ਸੁਪਨੇ ਬੁਟੀਕ ਤੁਸੀਂ ਦੇਖ ਰਹੇ ਹੋ। ਮੈਂ ਕਿਸ ਤਰ੍ਹਾਂ ਦੇ ਕੱਪੜੇ ਨੇ ਜਿਹੜੇ ਹੈਗੇ ਤੁਹਾਡੇ ਕੋਲ? ਕਾਟਨ ਦੇ ਸੂਟਸ ਨੇ ਜੀ, ਸਾਡੀ ਆਪਣੀ ਕ੍ਰੀਏਸ਼ਨ ਹੈ, ਜਿਵੇਂ ਇਹ ਹੈ, ਅਸੀਂ ਮਸ਼ੀਨ ਵਰਕ ਵੀ ਕੀਤੇ ਹੋਏ ਆ, ਇਹ ਸਾਡੇ ਸਾਰੇ ਸੂਟਸ ਜਿਹੜੇ ਸੀ ਆਪ ਫੈਬਰਿਕ ਲੈ ਕੇ ਰੈਡੀ ਕਰਵਾਏ ਹੋਏ ਨੇ ਜੀ, ਸਾਰੇ ਬਹੁਤ ਹੀ ਪਿਆਰੇ ਪਿਆਰੇ ਰੈਡੀ ਹੋਏ ਹੋਏ ਨੇ ਸੂਟ, ਇਹ ਹੈਂਡ ਪੇਂਟ ਸੂਟ ਆ ਜਿਵੇਂ, ਤੇ ਇਹ ਜਿਵੇਂ ਮਸ਼ੀਨ ਵਰਕ ਦੇ ਟਾਈ ਐਂਡ ਡਾਈ ਦੁਪੱਟੇ, ਇਹ ਸਾਡੀ ਸਾਰੀ ਆਪਣੀ ਕ੍ਰੀਏਸ਼ਨ ਹੁੰਦੀ ਹੈ ਜੀ। ਆਪਣੀ ਕ੍ਰੀਏਸ਼ਨ ਹੈ, ਜਿਸ ਤਰ੍ਹਾਂ ਕਿ ਲੇਡੀਜ਼ ਦੀ ਪਸੰਦ ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਹੈ ਕਿ ਮੈਨੂੰ ਇਸ ਤਰ੍ਹਾਂ ਦਾ ਸੂਟ ਚਾਹੀਦਾ, ਉਹ ਵੀ ਉਸ ਨੂੰ ਵੀ ਧਿਆਨ 'ਚ ਰੱਖ ਕੇ ਸਾਰਾ, ਜਿਵੇਂ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਜੀ, ਉਸ ਦੇ ਅਕੋਰਡਿੰਗ ਹੀ ਸਾਰੇ ਸੂਟ ਰੈਡੀ ਕਰਦੇ ਹਾਂ ਆਪਣੇ। ਤੁਸੀਂ ਦੇਖਿਆ ਕਿ ਮੈਮ ਇੱਥੇ ਪਹੁੰਚੇ ਹੋਏ ਨੇ, ਮੈਮ ਨਾਲ ਗੱਲਬਾਤ ਕਰੀ, ਮੈਮ ਕੋਈ ਆਇਆ ਪਸੰਦ ਜੀ? ਅਸੀਂ ਤਾਂ ਪੁਰਾਣੇ ਗਾਹਕ ਇਹਨਾਂ ਦੇ, ਪਹਿਲਾਂ ਵੀ ਇਹਨਾਂ ਤੋਂ ਲੈਂਦੇ ਰਹਿੰਦੇ ਆ। ਅਕਸਰ ਅੱਜ ਕੱਲ ਸਟੀਲ ਜਿਆਦਾ ਯੂਜ਼ ਕੀਤਾ ਜਾਂਦਾ ਜਾਂ ਪੁਰਾਣੇ ਜਿਹੜੇ ਭਾਂਡੇ ਯੂਜ਼ ਕੀਤੇ ਜਾਂਦੇ, ਪਲਾਸਟਿਕ ਨਾਲ ਕਈ ਵਾਰ ਕਹਿੰਦੇ ਸਟੀਲ ਜਾਂ ਪਲਾਸਟਿਕ ਆਪਣਾ ਕੰਚ ਨਹੀਂ ਯੂਜ਼ ਕਰ ਸਕਦੇ ਆਪਾਂ ਨੂੰ, ਜੈਸੇ ਡਰਾਈ ਸਟੋਰੇਜ ਹੈ, ਹਮ ਇਹਦੇ 'ਚ ਆਪਾਂ ਸੌਖੇ ਰੱਖ ਸਕਦੇ ਹਾਂ, ਇਹਨਾਂ 'ਚ ਬਿਲਕੁਲ ਖਰਾਬ ਨਹੀਂ ਹੁੰਦਾ, ਮਤਲਬ ਕਿ ਸਮੈਲ ਨਹੀਂ ਜਾਏ, ਜੈਸੇ ਆਪਣੇ MDS ਦੇ ਮਸਾਲੇ ਆਪਾਂ ਰੱਖਦੇ ਹਾਂ ਉਹਨਾਂ 'ਚੋਂ ਡੱਬੀਆਂ ਫਰਿੱਜ 'ਚ ਰੱਖ ਦਿੰਦੇ ਹਾਂ, ਇਹਨਾਂ ਨੂੰ ਉਹਦੇ 'ਚ ਡੱਬੀ 'ਚੋਂ ਕੱਢ ਕੇ ਇਹਦੇ 'ਚ ਪਾਓ, ਸਮੈਲ ਤੁਹਾਡੀ ਐਸੇ ਐਸੇ ਰਹੇਗੀ। ਇਲਾਇਚੀ ਵੀ ਹੁੰਦੀ ਹੈ, ਇਲਾਇਚੀ ਵੀ ਆਪਾਂ ਇਲਾਇਚੀ ਨੂੰ ਲੈ ਕੇ ਘਰ ਰੱਖ ਲੈਂਦੇ ਹਾਂ, ਬਲੈਕ ਹੋ ਜਾਂਦੀ ਹੈ, ਜੇ ਆਪਾਂ ਡੱਬੀ 'ਚ ਪਾ ਕੇ ਰੱਖਾਂਗੇ, 1 ਮਹੀਨਾ ਵੀ ਰੱਖਾਂਗੇ, 2 ਮਹੀਨਾ ਵੀ, ਐਨ ਗਰੀ ਰਹੇਗੀ, ਗਰੀ ਰਹੇਗੀ। ਲੌਂਗ, ਇਲਾਇਚੀ, ਸੁੱਕੇ ਮਸਾਲੇ ਕੋਈ ਵੀ ਰੱਖੋਗੇ, ਐਨ ਫਰੈਸ਼ ਰਹਿਣਗੇ। ਟੱਪਰਵੇ ਬ੍ਰਾਂਡ ਹੈ ਇੱਕ, ਤੁਸੀਂ ਦੇਖਿਆ ਕਿ ਟੱਪਰਵੇ ਇੱਕ ਬ੍ਰਾਂਡ ਹੈ, ਤੇ ਅਲੱਗ ਅਲੱਗ ਜਿਹੜੇ ਕਾਉਂਸਲਿੰਗ ਦੇ ਵੀ ਲੱਗੇ ਹੋਏ, ਤੁਸੀਂ ਸਟਾਲ ਦੇਖੇ, ਕਾਉਂਸਲਿੰਗ ਦਾ ਵੀ ਅਲੱਗ ਤੋਂ ਸਟਾਲ ਲਗਾਇਆ ਹੋਇਆ, ਤੇ ਗੱਲਬਾਤ ਅਸੀਂ ਆਪਾਂ ਜਿਹੜੇ ਇੱਥੇ ਪ੍ਰਿੰਸੀਪਲ ਨੇ ਉਹਨਾਂ ਨਾਲ, ਇਹਨਾਂ ਪ੍ਰਿੰਸੀਪਲ ਮੈਮ ਵੀ ਮੌਜੂਦ ਨੇ, ਗੱਲਬਾਤ ਕਰ ਲਏ। ਮੈਮ ਬੱਚਿਆਂ ਨੇ ਗੋਲਗੱਪੇ ਲਗਾ ਰੱਖੇ ਨੇ, ਗੋਲਗੱਪੇ ਟੇਸਟ ਕੀਤੇ ਨੇ? ਹਾਂਜੀ ਹਾਂਜੀ, ਕਿਉਂਕਿ ਇਹਨਾਂ ਨੇ ਇੱਕ ਦਿਨ ਪਹਿਲਾਂ ਵੀ ਸਾਨੂੰ ਖਵਾਏ, ਤੇ ਇਸੇ ਕਰਕੇ ਮੈਂ ਇਹਨਾਂ ਨੂੰ ਪ੍ਰਮੋਟ ਕੀਤਾ ਵੀ ਤੁਸੀਂ ਪ੍ਰੋਫੈਸ਼ਨਲੀ ਇਹਨੂੰ ਲਗਾਉਣਾ ਸ਼ੁਰੂ ਕਰੋ, ਤੇ ਬੱਚਿਆਂ ਨੇ ਮਿਹਨਤ ਕਰਕੇ ਕੰਮ ਸ਼ੁਰੂ ਕੀਤਾ, ਤੇ ਅੱਗੇ ਨੂੰ ਵੀ ਮੈਨੂੰ ਲੱਗਦਾ ਵੀ ਇਹਨਾਂ ਨੂੰ 2-3 ਵਾਰ ਹੌਸਲਾ ਦਿੱਤਾ ਤਾਂ ਇਹ ਇਸ ਕੰਮ ਵਾਸਤੇ ਪੂਰੀਆਂ ਤਿਆਰ ਹੋ ਜਾਣਗੀਆਂ। ਇੱਕ ਇਹਨਾਂ ਦੇ ਫਿਊਚਰ ਵਾਸਤੇ ਇੱਕ ਗੱਲ ਰਹੇਗੀ ਵੀ ਹਾਂ, ਅਸੀਂ ਹੌਸਲੇ ਨਾਲ ਜੋ ਵੀ ਕਰਨਾ ਸ਼ੁਰੂ ਕਰਾਂਗੇ, ਹੌਸਲਾ ਹੋਵੇ, ਤੁਹਾਡੇ ਨਾਲ ਸਪੋਰਟ ਹੋਵੇ, ਤਾਂ ਆਪਦਾ ਕੰਮ ਤਾਂ ਪਹਿਲਾਂ ਹੀ ਪੂਰਾ ਹੋ ਜਾਂਦਾ। ਅੱਜ ਲੇਬਰ ਡੇ ਤੇ ਅਸੀਂ
ਫੰਕਸ਼ਨ ਆਰਗਨਾਈਜ਼ ਕੀਤਾ ਹੈਗਾ ਇਹਨਾਂ ਸਾਰੇ ਬੱਚਿਆਂ ਵਾਸਤੇ, ਤੇ ਬੱਚਿਆਂ ਦੀ ਬਹੁਤ ਸਪੋਰਟ ਹੈ। ਇਹ ਅੱਜ ਦੇ ਦਿਨ ਨੂੰ ਇਹ ਯਾਦ ਕਰਨਗੀਆਂ। ਅਸੀਂ ਚਾਹੁੰਦੇ ਹਾਂ ਵੀ ਸਾਡੇ ਬੱਚੇ ਮਿਹਨਤ ਕਰਕੇ ਉਸ ਮੁਕਾਮ ਤੇ ਪਹੁੰਚਣ ਜਿੱਥੇ ਦੇਖ ਕੇ ਲੋਕੀ ਇਹਨਾਂ ਨੂੰ ਆਪਣੇ ਆਪ ਨੂੰ ਅੱਗੇ ਇਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕਰਨ। ਅਕਸਰ ਇਹ ਜਿਹੜੀ ਲੜਕੀਆਂ ਹੁਣ ਅੱਜ ਕੱਲ੍ਹ ਵੱਡੇ ਮੁਕਾਮ ਹਾਸਲ ਕਰ ਰਹੀਆਂ ਨੇ, ਪਰ ਅੱਜ ਜਿਹੜੀ ਹੈਗੇ ਅਲੱਗ ਹੀ ਮਿਸਾਲ ਕਾਇਮ ਕਰ। ਨਹੀਂ ਤਾਂ ਦੇਖੋ ਖਾਣ ਪੀਣ ਦੀਆਂ ਚੀਜ਼ਾਂ ਤਾਂ ਲੇਡੀ ਦੇ ਆਪਣੇ ਇੱਕ ਗੁਣ ਹੈ, ਘਰ ਚ ਵੀ ਅਸੀਂ ਬਣਾਉਂਦੇ ਹਾਂ। ਗੁਣ ਜਿਹੜਾ ਸਾਹਮਣੇ ਆਵੇ, ਦੁਨੀਆਂ ਦੇ ਸਾਹਮਣੇ ਆਏ, ਉਹਦੀ ਅੱਗੇ ਗੁਣ ਇਹਨਾਂ ਦਾ ਅੱਗੇ ਲੈ ਕੇ ਆਉਣਾ। ਹਰ ਇੱਕ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਹੈ। ਅਸੀਂ ਟੀਚਰ ਦਾ ਇੱਕ ਇਹੀ ਫਰਜ਼ ਬਣਦਾ ਹੈ ਵੀ ਅਸੀਂ ਇਹਨਾਂ ਦੇ ਗੁਣ ਨੂੰ ਅੱਗੇ ਲੈ ਕੇ ਆਈਏ, ਉਭਾਰੀਏ। ਮੁੜ ਕੇ ਇੱਕ ਵਾਰ ਇਹਨਾਂ ਨੂੰ ਪਤਾ ਲੱਗਿਆ ਵੀ ਹਾਂ ਅਸੀਂ ਇਹ ਕਰ ਸਕਦੇ ਹਾਂ, ਸੁੱਤੇ ਹੋਏ ਉਹਨੂੰ ਜਗਾਉਣਾ ਜਿਹੜਾ ਹੈਗਾ ਉਹੀ ਇਹਨਾਂ ਦਾ ਅੱਗੇ ਕੰਮ ਚੱਲਦਾ ਹੈ। ਤੇ 5-4 ਸਾਲਾਂ ਨੂੰ ਇਹ ਵਧੀਆ ਆਪਣੇ ਆਪਣੇ ਥਾਂ ਤੇ ਪਹੁੰਚੀਆਂ ਹੋਈਆਂ ਹੋਣਗੀਆਂ। ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਵੀ ਇਹਨਾਂ ਦਾ ਕੰਮ ਜਿਹੜਾ ਹੈਗਾ ਇਦੋਂ ਵਧੇ, ਇਹਨਾਂ ਦਾ ਹੌਸਲਾ ਆਵੇ। ਅੱਜ ਇਹਨਾਂ ਨੇ 100 ਬੰਦਿਆਂ ਦੀ ਤਿਆਰੀ ਕੀਤੀ ਹੈ ਸਪੋਜ਼, ਤਾਂ ਅਗਾਂਹ ਨੂੰ ਇਹਨਾਂ ਦਾ ਆਪਣਾ ਵੱਡੀਆਂ ਇਹਨਾਂ ਦੀ ਇੰਡਸਟਰੀ ਹੋਵੇ, ਇਹਨਾਂ ਦੀਆਂ ਆਪਣੀਆਂ ਕੰਪਨੀਆਂ ਹੋਣ, ਇਹਨਾਂ ਦੇ ਨਾਮ ਹੋਣ। ਅਸੀਂ ਸਾਡੀ ਇਹੀ ਵਿਸ਼ ਹੁੰਦੀ ਹੈ ਤੇ ਇਹੀ ਸਾਡੀ ਕੋਸ਼ਿਸ਼ ਹੈ। ਪਰਮਾਤਮਾ ਇਹਦੇ 'ਚ ਸਾਨੂੰ ਸਫਲਤਾ ਦੇਵੇ, ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੈ। ਜਿਸ ਤਰ੍ਹਾਂ ਕਿ ਮਹਿੰਦੀ ਦਾ ਜਾਂ ਬੱਚਿਆਂ ਨੇ ਇੱਧਰ ਅਲੱਗ ਅਲੱਗ ਕੇਕਸ ਵੀ ਲਗਾਏ ਹੋਏ। ਹਾਂਜੀ, ਇਹ ਗੱਲ ਸਾਡੀਆਂ ਹੈਗੀਆਂ ਨੇ, ਇਹ ਆਰਡਰ ਤੇ ਵੀ ਬਣਾਉਂਦੀਆਂ ਨੇ। ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਬੱਚੇ ਇਸ ਤਰ੍ਹਾਂ ਦਾ ਕਰ ਸਕਦੇ ਹੈ, ਇਸ ਕਰਕੇ ਇਹਨਾਂ ਨੇ ਕੇਕਸ ਵਗੈਰਾ ਇਹ ਆਪ ਹੀ ਕਰਦੀਆਂ ਨੇ, ਆਰਡਰ ਤੇ ਵੀ ਦਿੰਦੀਆਂ ਨੇ। ਇੰਸਟਾਗ੍ਰਾਮ ਤੇ ਯੂਟਿਊਬ ਤੇ ਵੀ ਇਹਨਾਂ ਦਾ ਹੈਗਾ, ਸਿਖਾਉਂਦੀਆਂ ਵੀ ਨੇ ਵੀ ਇਹਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ। ਤੇ ਮੈਂ ਕਹਿੰਦੀ ਹਾਂ ਛੋਟੀਆਂ ਛੋਟੀਆਂ ਜਦੋਂ ਇਹਨਾਂ ਤਿਆਰ ਕਰ ਸਕਦੀਆਂ ਨੇ, ਦੂਜਿਆਂ ਨੂੰ ਸਿਖਾ ਸਕਦੀਆਂ ਨੇ, ਅੱਜ ਲੇਬਰ ਡੇ ਤੇ ਇਹਨਾਂ ਦਾ ਇਹ ਕੰਮ ਸਾਰਿਆਂ ਦੇ ਸਾਹਮਣੇ ਆਵੇ। ਹੋਰ ਵੀ ਹੈ ਬੱਚੇ ਜਿਹੜੇ ਹੈਗੇ ਮਹਿੰਦੀ ਦਾ, ਉਹ ਕਹਿੰਦੇ ਸਾਡੇ ਨਾਲ ਮਹਿੰਦੀ ਦੇ ਨਾਲ ਨਾਲ ਸਾਨੂੰ ਉਹ ਅਲੱਗ ਤੋਂ ਕੀ ਕਹਿੰਦੇ ਕੁਕਿੰਗ ਦਾ ਵੀ ਸ਼ੌਂਕ ਹੈ। ਪਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕੁਕਿੰਗ ਦੇ ਨਾਲ ਤੇ ਕੁਕਿੰਗ ਦਾ ਵੀ ਨਾਲ ਹੀ ਕਰ ਲੈਂਦੇ ਤੁਸੀਂ, ਕਹਿੰਦੇ ਸਾਨੂੰ ਸ਼ੌਂਕ ਸੀ ਜ਼ਿਆਦਾ ਮਹਿੰਦੀ ਦਾ ਲਗਾਉਣ ਵਾਸਤੇ। ਹਾਂਜੀ, ਉਹ ਨੈਕਸਟ ਟਾਈਮ ਆਪਾਂ ਉਹਨਾਂ ਨੂੰ ਲਵਾ ਲਾਂਗੇ, 2 ਮਹੀਨਿਆਂ ਨੂੰ ਫਿਰ ਦੁਬਾਰ ਤੋਂ ਬਣਾ ਲਾਂਗੇ, ਅਗਲੀ ਵਾਰੇ ਖਾਣਾ ਬਣਾ ਲੈਣਗੀਆਂ ਇਹਨਾਂ ਨੂੰ। ਜਿਹੜੇ ਮੈਡਮ ਨੇ ਟੀਚਿੰਗ ਦਾ ਵੀ ਨਾਲ, ਕਹਿੰਦੇ ਟੀਚਿੰਗ ਵੀ ਸਾਨੂੰ ਸ਼ੌਂਕ ਸੀ, ਟੀਚਿੰਗ ਵੀ ਕਰਦੀ ਮੈਂ ਨਾਲ। ਹਾਂਜੀ ਹਾਂਜੀ, ਬੱਚਿਆਂ ਨੇ ਨਾ ਜਦੋਂ ਨਾਲ ਨਾਲ ਪੜ੍ਹਦੇ ਪੜ੍ਹਦੇ ਆਲੇ ਦੁਆਲੇ ਦੇ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾ ਲਏ, ਇੱਕ ਪ੍ਰੈਕਟਿਸ ਹੁੰਦੀ ਰਹਿੰਦੀ ਹੈ ਹਰ ਇੱਕ ਕੰਮ। ਜੋ ਤੁਸੀਂ ਪਹਿਲੇ ਦਿਨ ਸ਼ੁਰੂ ਕਰਦੇ ਹੋ ਨਾ, ਜੇ ਅਸੀਂ ਰੋਟੀ ਵੀ ਪਹਿਲੇ ਦਿਨ ਵੇਲਦੇ ਹਾਂ ਨਾ, ਤੇ ਉਹ ਪੂਰਾ ਨਕਸ਼ਾ ਹੀ ਬਣਦਾ। ਹੌਲੀ ਹੌਲੀ ਉਹ ਤੇ ਆ ਕੇ ਉਸ ਤੋਂ ਬਾਅਦ ਉਹ ਗੁਲਾਈ ਤੇ ਆ ਜਾਂਦਾ। ਹੁਣ ਇਹਨਾਂ ਦਾ ਹੱਥ ਮਹਿੰਦੀ ਤੇ ਬੈਠਿਆ ਹੋਇਆ, ਰੋਜ਼ ਕੋਈ ਨਾ ਕੋਈ ਫੰਕਸ਼ਨ ਹੁੰਦਾ ਹੈ। ਸਾਡੇ ਇੰਡੀਆ ਦੇ ਵਿੱਚ ਵੈਸੇ ਫੰਕਸ਼ਨ ਜ਼ਿਆਦਾਤਰ ਹੈ ਤਿਉਹਾਰਾਂ ਦਾ ਦਿਨ ਹੈਗਾ, ਤਾਂ ਉਹਦੇ ਨਾਲ ਨਾਲ ਖਾਣਾ ਬਣਾਉਣਾ ਉਹਦੇ ਵਿੱਚ ਪਰਫੈਕਸ਼ਨ ਲੈ ਕੇ ਆਉਣਾ ਹਰ ਇੱਕ ਔਰਤ ਵਾਸਤੇ ਬਹੁਤ ਜ਼ਰੂਰੀ ਹੈ। ਤੁਸੀਂ ਦੇਖਿਆ ਕਿ ਅੱਜ ਪ੍ਰਿੰਸੀਪਲ ਮੈਮ ਨੇ ਤੇ ਇਹਨਾਂ ਨੇ ਬੱਚਿਆਂ ਦਾ ਹੌਸਲਾ ਵੀ ਵਧਾਇਆ ਤੇ ਨਾਲ ਨਾਲ ਦੱਸਿਆ ਕਿ ਜਿਹੜੇ ਇਹਨਾਂ ਦਾ ਪ੍ਰੋਫੈਸ਼ਨ ਹੈ, ਚਾਹੇ ਵੱਡੀਆਂ ਹੋ ਕੇ ਆਪਣਾ ਪ੍ਰੋਫੈਸ਼ਨ ਆਪ ਕਾਇਮ ਕਰ ਸਕਦੇ ਹਾਂ ਤੇ ਮਾਂ ਪਿਓ ਦਾ ਨਾਮ ਵੀ ਰੋਸ਼ਨ ਕਰ ਸਕਦੀਆਂ ਨੇ, ਤੇ ਇੱਥੇ ਅਸੀਂ ਅੱਗੇ ਤੋਂ ਇਸੇ ਤਰ੍ਹਾਂ ਸਟਾਲ ਲਗਾ ਕੇ ਰੱਖਾਂਗੇ। ਹਾਂਜੀ ਮੈਮ, ਇਹਨੇ ਸੂਟਸ ਦਾ ਕੰਮ ਕੀਤਾ ਹੋਇਆ, ਨਾਲ ਨਾਲ ਪੜ੍ਹਦੀ ਪਈ ਹੈਗੀ ਹੈ, ਤੇ ਬਹੁਤ ਅੱਛੇ ਤਰ੍ਹਾਂ ਦੇ ਅਲੱਗ ਡਿਜ਼ਾਈਨ ਵਾਲੇ ਸੂਟਸ ਲੜਕੀ ਨੇ ਲਗਾਏ ਹੋਏ ਨੇ। ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਰਹੇ ਹਾਂ। ਇਹਨਾਂ ਨਾਲ ਗੱਲ ਹੋਈ ਸੀ ਕਿ ਸਟੋਰ ਅਲੱਗ ਅਲੱਗ, ਕਿਉਂਕਿ ਐਸੇ ਰੇਟ ਦੇ ਵਿੱਚ ਜਿਹੜੇ ਹੈਗੇ ਨੇ ਸੂਟ ਕਿਤੇ ਵੀ ਬਾਜ਼ਾਰ ਦੇ ਵਿੱਚ ਮਿਲਦੇ ਨਹੀਂ ਹੈਗੇ। ਪਿਓਰ ਕਾਟਨ ਦੇ ਵਿੱਚ ਤੇ ਇੱਕ ਡਿਫਰੈਂਟ ਟਾਈਪ ਦੇ ਡਿਜ਼ਾਈਨ ਜਿਹੜੇ ਬੱਚੇ ਲੈ ਕੇ ਆਏ ਨੇ ਨਾ, ਕਿਉਂਕਿ ਬੱਚਿਆਂ ਦੇ ਵਿੱਚ ਹਰ ਇੱਕ 'ਚ ਕੋਈ ਨਾ ਕੋਈ ਕਲਾਕਾਰ ਬੈਠਾ ਹੁੰਦਾ, ਤੇ ਉਹ ਕਿਸੇ ਵੀ ਰੂਪ 'ਚ ਨਿਕਲ ਆਉਂਦਾ। ਕੋਈ ਮਹਿੰਦੀ ਲਗਾ ਰਹੀ ਹੈ, ਕੋਈ ਕੇਕਸ ਬਣਵਾ ਰਹੀ ਹੈ, ਤੇ ਕਿਸੇ ਨੇ ਸੂਟਸ ਦੇ ਵਿੱਚ ਅਲੱਗ ਡਿਜ਼ਾਈਨਿੰਗ ਕੀਤੀ ਹੈ, ਤੁਸੀਂ ਆਪ ਹੀ ਦੇਖ ਰਹੇ ਹੋ, ਤਾਂ ਉਹਨਾਂ ਨੂੰ ਪ੍ਰਮੋਟ ਕਰਨਾ, ਉਹਨਾਂ ਨੂੰ ਸਮਾਜ ਦੇ ਸਾਹਮਣੇ ਲੈ ਕੇ ਆਉਣਾ। ਪ੍ਰਮੋਟ ਤੇ ਕਰ ਲਿਆ, ਗੋਲਗੱਪੇ ਤੁਸੀਂ ਛਕ ਲਏ ਨੇ, ਤੇ ਕੀ ਕਹਿੰਦੇ ਨੇ ਸੂਟ ਲਿੱਤਾ ਕੋਈ ਇਹਨਾਂ? ਮੈਂ ਸਭ ਤੋਂ ਵੱਧ ਲੈ ਕੇ ਜਾਊਂਗੀ, ਮੈਂ ਹਲੇ ਤੁਹਾਨੂੰ ਸਾਰਿਆਂ ਨੂੰ ਅਟੈਂਡ ਕਰ ਰਹੀ ਹਾਂ, ਤੇ ਸੂਟ ਤਾਂ ਲੈ ਕੇ ਜਾਣਾ, ਇਹਦੇ 'ਚ ਕੋਈ ਗੱਲ ਨਹੀਂ ਹੈ, ਬੱਚੇ ਆਪਣੇ ਨੇ। ਇਸ ਕਰਕੇ ਸਾਨੂੰ ਬਹੁਤ ਵਧੀਆ ਲੱਗਦਾ ਬੱਚਿਆਂ ਨੂੰ ਕੋਈ ਨਾ ਕੋਈ ਮੌਕਾ ਲੱਗੇ, ਕਿਉਂਕਿ ਹਰ ਇੱਕ ਜਗ੍ਹਾ ਥਾਂ ਤੇ ਪਤਾ ਹੀ ਨਹੀਂ ਹੁੰਦਾ ਵੀ ਇਹਨਾਂ ਦੇ 'ਚ ਇਹ ਗੁਣ ਨੇ।
ਅਸੀਂ ਰੂਟੀਨ ਦੇ ਵਿੱਚ ਇਹਨਾਂ ਨੂੰ ਕਾਲਜ ਦੇ ਇਹਨਾਂ ਦੇ 10-15 ਦਿਨਾਂ ਬਾਅਦ ਕੋਈ ਨਾ ਕੋਈ ਫੰਕਸ਼ਨ ਰੱਖਦੇ ਹਾਂ ਛੋਟਾ ਕਾਲਜ ਲੈਵਲ ਦਾ, ਅਤੇ ਜਦੋਂ ਸਾਨੂੰ ਪਤਾ ਲੱਗਦਾ ਵੀ ਬੱਚੇ ਇਹ ਕੰਮ ਕਰ ਸਕਦੇ ਹਾਂ ਤਾਂ ਇਹ ਥੋੜ੍ਹਾ ਅਸੀਂ ਵੱਡਾ ਉਪਰਾਲਾ ਜਿਹਾ ਬਣਾ ਕੀਤਾ, ਅਤੇ ਬੱਚਿਆਂ ਨੇ ਸਪੋਰਟ ਦਿੱਤੀ ਹੈ, ਤੁਹਾਡੇ ਸਾਰਿਆਂ ਦੀ ਸਪੋਰਟ ਹੈ। ਥੈਂਕ ਯੂ ਮੈਮ। ਮੈਂ ਇਹ ਮੈਮ ਨੇ ਦੱਸਿਆ ਕਿ ਬੱਚੀ ਪੜ੍ਹਦੀ ਵੀ ਹੈ ਅਤੇ ਨਾਲ ਨਾਲ ਆਪਣਾ ਕੰਮ ਵੀ ਕਰਦੀ ਹੈਗੀ ਹੈ, ਤਸਵੀਰਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਆਪਣਾ ਕੰਮ ਕਰਦੇ ਹੋਏ ਨਜ਼ਰ ਆ ਰਹੀ ਹੈ, ਅਤੇ ਨਾਲ ਹੀ ਇਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਕਿ ਬੱਚਾ। ਤੋ ਸਾਡੇ ਨਾਲ ਦ੍ਰਿਸ਼ਟੀ ਗੁਪਤਾ ਵੀ ਮੌਜੂਦ ਹੈ, ਗੱਲਬਾਤ ਕਰ ਲਿਆ। ਦ੍ਰਿਸ਼ਟੀ, ਇੱਕ ਸਟਾਲਸ ਲੱਗੇ ਹੋਏ ਨੇ, ਕਿਸ ਤਰ੍ਹਾਂ ਖਿਆਲ ਆਇਆ ਕਿ ਸਟਾਲਸ ਲਗਾਉਣੀਆਂ ਨੇ? ਸਰ, ਇਹ ਵਾਲਾ ਫੈਮਿਲੀ ਫੀਸਟਾ ਕਾ ਇਵੈਂਟ ਇਸ ਲਈ ਰੱਖਾ ਗਿਆ ਥਾ ਕਿ ਫੀਮੇਲ ਐਂਟਰਪ੍ਰੀਨਿਓਰਸ ਕੋ, ਛੋਟੇ ਫੀਮੇਲਸ ਜੋ ਬਿਜ਼ਨਸ ਕਰ ਰਹੇ ਹੈ ਉਨਕੋ ਬੜਾਵਾ ਦੇਣੇ ਕੇ ਲਈ, ਜਾਂ ਫਿਰ ਜੋ ਯੰਗ ਬੱਚੇ ਕਾਲਜ ਕੇ ਖੁਦ ਸਟਾਰਟ ਕਰਨਾ ਚਾਹਤੇ ਹੈ, ਆਈਡੀਆਜ਼ ਹੈ, ਚਾਹੇ ਇਨਕੇ ਯਹਾਂ ਪੇ ਛੋਟਾ ਬੜਾ ਕੁਛ ਨਹੀਂ ਹੈ। ਜੈਸੇ ਪਾਣੀਪੁਰੀ ਕਾ ਅਗਰ ਸਟਾਲ ਵੀ ਲਗਾਇਆ, ਉਨਕਾ ਮੇਨ ਕਾਮ ਯਹਾਂ ਪੇ ਯਹੀ ਹੈ ਕਿ ਹਮੇਂ ਦੇਖਣਾ ਹੈ ਕਿ ਐਕਚੁਅਲ ਮੇਂ ਜਬ ਕਸਟਮਰ ਆਤਾ ਹੈ, ਕੁਛ ਨਾਰਾਜ਼ ਵੀ ਹੋਤੇ ਹੈ, ਕੁਛ ਠੀਕ ਵੀ ਹੋਤੇ ਹੈ, ਪ੍ਰੋਬਲਮਸ ਕਿਆ ਕਿਆ ਆਤੀ ਹੈ, ਉਨਕੋ ਫੇਸ ਕਰਵਾ ਕੇ ਦਿਖਾਨਾ ਪ੍ਰੈਕਟੀਕਲੀ ਕਾਮ ਕੈਸੇ ਹੋਤਾ ਹੈ। ਆਪ ਵੀ ਛੋਟੀ ਸੀ ਉਮਰ ਕੇ ਲਗਤੇ ਹੋ, ਆਪ ਪੜ੍ਹਾਈ ਕਰ ਰਹੇ ਹੋ ਸਾਥ ਮੇਂ, ਫਿਰ ਇਤਨਾ ਮਾਈਂਡ ਮੇਂ ਕੈਸੇ ਆ ਰਹਾ ਹੈ? ਸਰ, ਮੈਨੇ ਖੁਦ ਯੰਗ ਏਜ ਕੇ ਅੰਦਰ ਹੀ ਸਟਾਰਟ ਕੀਆ ਥਾ, ਮਤਲਬ ਲਾਈਕ ਇੱਕ ਹੋਤਾ ਹੈ ਕਿ ਆਪ ਅਗਰ ਕਰੀਅਰ ਬਨਾਨਾ ਹੈ, ਗੋਲ ਹੋਤਾ ਹੈ ਇੱਕ ਥੋੜਾ ਬੱਚੋਂ ਕਾ ਵੀ ਸਬਕਾ, ਲਗਤਾ ਹੈ ਕਿ ਬੱਚੇ ਕੋਲ ਗੋਲ ਲੈ ਕੇ ਨਹੀਂ ਚਲਤੇ, ਪਰ ਕਾਫੀ ਬੱਚੇ ਗੋਲ ਲੈ ਕੇ ਚਲਤੇ ਹੈ, ਮੁਝੇ ਬਸ ਇੱਕ ਡਾਇਰੈਕਸ਼ਨ ਮਿਲ ਗਈ ਸੀ, ਚਾਹੇ ਮੈਨੇ ਆਪਣੇ ਸਟਾਰਟ ਕਰ ਲਿਆ, ਇਸ ਲਈ ਯੰਗ ਏਜ ਕੇ ਅੰਦਰ ਆਪਣੀ ਕੰਪਨੀ ਕਰੀਆ। ਤੁਹਾਨੂੰ ਦ੍ਰਿਸ਼ੀ ਜੀ ਨਾਲ ਲੈ ਕੇ ਚੱਲਦੇ ਹਾਂ। ਦ੍ਰਿਸ਼ੀ, ਆਓ ਆਪਾਂ ਗੋਲਗੱਪੇ ਵੀ ਦੇਖ ਲੈਂਦੇ ਹਾਂ, ਗੋਲਗੱਪੇ ਖਾ ਕੇ ਦੇਖੇ ਨਾ ਤੁਸੀਂ, ਜਿਹੜੇ ਸਟਾਲ ਤੇ ਲਗਵਾਤੇ ਗੋਲਗੱਪੇ ਖਾ ਕੇ ਦੇਖੇ ਨੇ, ਚੱਕ ਰਹੇ ਨੇ? ਸਰ, ਹਮਨੇ ਤੋ ਖਾ ਕੇ ਦੇਖੇ ਹੀ ਹੈ, ਡੈਫੀਨਿਟਲੀ ਬੱਚੇ ਨੇ ਕਾਫੀ ਮਿਹਨਤ ਕੀ ਹੈ, ਕਾਫੀ ਅੱਛੇ ਟੇਸਟੀ ਬਣਾਏ ਹੈ। ਇਸ ਮੇਂ ਕਿਸ ਤਰ੍ਹਾਂ, ਕਿਉਂਕਿ ਅਲੱਗ ਗੋਲਗੱਪੇ ਅਲੱਗ ਅਲੱਗ ਟਾਈਪ ਕੇ ਹੈ, ਕਿਉਂਕਿ ਇਹ ਤੋ ਉਸਕੇ ਹੈ ਦੂਸਰੇ ਸੂਜੀ ਕੇ। ਸੂਜੀ ਕੇ ਗੋਲਗੱਪੇ ਇਹਨਾਂ ਨੇ ਰੱਖੇ ਪੜੇ ਹਨ, ਅੱਛੇ ਤਰ੍ਹਾਂ ਪਾਣੀ ਵੀ ਰੱਖਾ ਹੋਇਆ, ਸਾਥ ਪੈਟੀਜ਼ ਵਗੈਰਾ ਰੱਖੀ ਹੋਈ ਹੈ, ਅੱਛਾ ਫਲੇਵਰ ਹੈ, ਮੁਝੇ ਲੱਗਦਾ ਬੱਚੋ ਕੇ ਹਿਸਾਬ ਸੇ ਕਾਫੀ ਅੱਛਾ ਇਨੀਸ਼ੀਏਟਿਵ ਹੈ, ਐਂਡ ਉਹ ਸਟਾਰਟ ਕਰ ਰਹੇ ਹੈ, ਕਾਫੀ ਅੱਛੀ ਚੀਜ਼ ਹੈ। ਲੜਕੀਆਂ ਕੇ ਲਈ ਖਿਆਲ ਆਇਆ ਕਿ ਲੜਕੇ ਵੀ ਕਰ ਸਕਦੇ ਹੋ, ਕਿਉਂਕਿ ਅੱਜ ਕੱਲ ਨਸ਼ੇ ਕੀ ਤਰਫ ਜ਼ਿਆਦਾ ਲੜਕੇ ਜਾ ਰਹੇ ਹੈ, ਨਸ਼ੇ ਕੋ ਕਰਤੇ ਹੈ ਕਿ ਉਨਕੇ ਲਈ ਕਾਮ ਕੇ ਲਈ ਯੇ ਅੱਛੀ? ਸਰ, ਅਗਰ ਲੜਕੀ ਘਰ ਕੇ ਅੰਦਰ ਜੋ ਬੈਠੀ ਹੈ ਵੋ ਕਰ ਰਹੀ ਹੈ, ਤੋ ਲੜਕੇ ਕਿਉਂ ਨਹੀਂ ਕਰ ਸਕਤੇ ਹੈ, ਉਨਕੋ ਨਸ਼ੇ ਜਾਣੇ ਕੀ ਕਿਆ ਜ਼ਰੂਰਤ ਹੈ, ਉਮਰ ਸੇਮ ਹੈ, ਹਰ ਚੀਜ਼ ਕੀ ਸ਼ੌਂਕ ਸੇਮ ਹੋਤਾ ਹੈ, ਪਰ ਫਿਰ ਲੜਕੀ ਇਤਨੇ ਜ਼ਿਆਦਾ ਕਿਉਂ ਬੜ ਰਹਾ, ਲੜਕੇ ਕਿਉਂ ਨਹੀਂ ਬੜ ਰਹੀ ਹੈ, ਸੋਚ ਕਾ ਹੀ ਫਰਕ ਹੈ ਸਿਰਫ ਕਿ ਆਪਣੇ ਗੋਲ ਕੀ ਤਰਫ ਜਾਂ ਕਰੀਅਰ ਕੀ ਤਰਫ ਕਿਤਨੇ ਸੀਰੀਅਸ ਹੈ, ਅਗਰ ਕੁਛ ਬਣਨਾ ਚਾਹਤੇ ਤੋ ਥੋੜੀ ਬਹੁਤੀ ਮਿਹਨਤ ਤੋ ਹਰ ਕਿਸੀ ਕੋ ਡਾਲਨੀ ਪੜੇਗੀ, ਐਂਡ ਵੋ ਲੜਕੇ ਕਰ ਸਕਤੇ ਹੈ, ਕੋਈ ਹਾਥ ਪਕੜ ਕੇ ਨਹੀਂ ਬੋਲ ਰਹਾ ਉਨਕੋ ਕਿ ਨਸ਼ੇ ਮੇਂ ਪੜੋ। ਇਸਕੇ ਇਲਾਵਾ ਔਰ ਕੌਨ ਕੌਨ ਸੀ ਸਟਾਲਸ ਜੋ ਆਪਨੇ ਕ੍ਰੀਏਟ ਕੀਏ? ਸਰ, ਯਹਾਂ ਪੇ ਗੋਲਗੱਪੇ ਐਂਡ ਪਾਨਪੁਰ ਕਾ ਬੱਚੋਂ ਨੇ ਸਟਾਲ ਲਗਾਇਆ ਹੁਆ ਹੈ, ਇੱਕ ਬੱਚੇ ਨੇ ਮਹਿੰਦੀ ਕਾ ਸਟਾਲ ਲਗਾਇਆ ਹੁਆ ਹੈ, ਕਪਕੇਕਸ ਐਂਡ ਬੇਕਰੀ ਕਾ ਸਟਾਲ ਲਗਾਇਆ ਹੁਆ ਹੈ, ਔਰ ਇਸਕੇ ਇਲਾਵਾ ਹਮਾਰੇ ਪਾਸ ਬਾਹਰ ਸੇ ਵੀ ਆਏ ਹੈ ਫੀਮੇਲਸ ਜੋ ਆਪਣੇ ਘਰੋਂ ਕੇ ਅੰਦਰ ਕੰਮ ਕਰਤੇ ਹੈ, ਨੇਲ ਐਡ ਕਾ ਕਰ ਰਹੇ ਹੈ, ਸੂਟਸ ਕਾ ਕਰ ਰਹੇ ਹੈ, ਹੈਂਡਲੂਮ ਕਾ ਕਰ ਰਹੇ ਹੈ। ਆਪਕੇ ਔਰ ਵੀ ਕੌਨ ਸਾ ਕਰਵਾ ਸਕਤੇ ਹੈ ਜੋ ਬੱਚੋਂ ਸੇ ਇਨਸੇ ਕਰਵਾਇਆ ਜਾ ਸਕਤਾ ਹੈ? ਸਰ, ਬੱਚੋਂ ਕੀ ਕ੍ਰੀਏਟਿਵਿਟੀ ਕਾ ਕੋਈ ਮਤਲਬ ਐਂਡ ਨਹੀਂ ਹੈ, ਬੱਚੇ ਜੋ ਚੀਜ਼ ਲਗਾਉਣਾ ਚਾਹੇ, ਅੱਜ ਕੱਲ ਸਭ ਕੁਝ ਸੈਲ ਹੋਤਾ ਹੈ, ਚਾਹੇ ਉਹ ਛੋਟੀ ਛੋਟੀ ਕਰਾਫਟ ਹੈ, ਬੋਟਲਸ ਕੀ ਡੈਕੋਰੇਸ਼ਨ ਵਾਲਾ ਮਟੀਰੀਅਲ ਹੈ, ਕੁਛ ਵੀ ਸੈਲ ਕਰ ਸਕਤੇ ਹੈ ਆਪਣੀ ਕ੍ਰੀਏਟਿਵਿਟੀ ਦਿਖਾ ਕੇ। ਸੋ ਥੈਂਕ ਯੂ ਦ੍ਰਿਸ਼ੀ। ਤੁਸੀਂ ਦੇਖਿਆ ਕਿ ਜਿਹੜੇ ਸਟਾਲਸ ਲਗਾਈਆਂ ਨੇ ਉਹ ਜਿਹੜੇ ਆਰਗੇਨਾਈਜ਼ ਕੀਤਾ ਦ੍ਰਿਸ਼ਟੀ ਨੇ ਕੀਤਾ ਹੈ, ਤੇ ਤਸਵੀਰਾਂ ਦੇਖਿਆ ਕਿ ਕਿਸ ਤਰ੍ਹਾਂ ਨਾਲ ਜਿਹੜੀ ਇੱਕ ਜਿਹੜੇ ਗੋਲਗੱਪਿਆਂ ਦੀ ਹੈਗੀ ਹੈ ਉਹ ਲਗਾਈ ਜਾ ਰਹੀ। ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੁਮਾਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।